ਦੂਜੀ ਗੱਲ ਹੈ ਕਿ ਜਿਹੜਾ ਅਸੀਂ ਜੋੜਾ ਘਰ ਬਣਾ ਰਹੇ ਹਾਂ, ਜੋੜਾ ਘਰ, ਗਠੜੀ ਘਰ, ਉਹਦੀ ਬੇਸਮੈਂਟ ਦੇ ਵਿੱਚ ਸਕੂਟਰ ਸਟੈਂਡ, ਸਾਈਕਲ ਸਟੈਂਡ, ਮੋਟਰਸਾਈਕਲ ਸਟੈਂਡ, ਉਹ ਬਹੁਤ ਹੀ ਸਾਡੀ ਜਿਹੜੀ ਸੀ ਸੰਗਤ ਦੀ ਮੰਗ ਵੀ ਸੀ ਅਤੇ ਸੰਗਤ ਦੀ ਬਹੁਤ ਲੋੜ ਵੀ ਸੀ, ਬਹੁਤ ਜ਼ਿਆਦਾ। ਉੱਥੇ ਬਾਜ਼ਾਰ ਦੇ ਵਿੱਚ ਵੜਨਾ ਔਖਾ ਹੋ ਜਾਂਦਾ ਸੀ, ਸਾਰੇ ਸਕੂਟਰ, ਮੋਟਰਸਾਈਕਲ, ਸਾਈਕਲ ਜਿਹੜੇ ਸੀ ਸੰਗਤ ਦੇ, ਉਹ ਸਾਹਮਣੇ ਖੜ੍ਹੇ ਹੋ ਜਾਂਦੇ ਸੀ, ਸੜਕ ਬੰਦ ਹੋ ਜਾਂਦੀ ਸੀ, ਅਤੇ ਉਹਦੇ ਕਰਕੇ ਬੜੀ ਵੱਡੀ ਪਰੇਸ਼ਾਨੀ ਹੁੰਦੀ ਸੀ, ਜਿਹਦੇ ਨਾਲ ਉਸ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਅਸੀਂ ਜੋੜਾ ਘਰ, ਗਠੜੀ ਘਰ ਅਤੇ ਬੇਸਮੈਂਟ ਜਿਹੜੀ ਹੈ ਉਹ ਸ਼ੁਰੂ ਕੀਤੀ ਸੀ ਨੀਚੇ ਇਹਨਾਂ ਵਾਸਤੇ, ਸਟੈਂਡ ਵਾਸਤੇ, ਸਕੂਟਰਾਂ ਵਾਸਤੇ। ਬਹੁਤ ਚਿੰਤਤ ਹੁੰਦੇ ਸੀ, ਉਹ ਮੁਸ਼ਕਲ ਹੱਲ ਹੋ ਗਈ। ਉਹਦੇ ਵਿੱਚ ਜਦੋਂ ਖੁਦਾਈ ਕਰ ਰਹੇ ਸਾਂ ਅਤੇ ਇੱਕ ਸਾਈਡ ਦੇ ਉੱਤੇ ਸੜਕ ਵਾਲੇ ਪਾਸੇ ਬਾਹਰ ਬਾਹਰ ਇੱਕ ਛੋਟੀ ਜਿਹੀ ਬਿਲਡਿੰਗ ਜਿਹੜੀ ਸੀ ਉਹ ਦਿਸੀ। ਜਿਉਂ ਹੀ ਬਿਲਡਿੰਗ ਦਿਸੀ ਅਸੀਂ ਖੁਦਾਈ ਬੰਦ ਕਰ ਦਿੱਤੀ ਵੀ ਇਹਦਾ ਪਤਾ ਲਾਇਆ ਜਾਵੇ ਵੀ ਇਹ ਬਿਲਡਿੰਗ ਕੀ ਹੈ। ਜਦੋਂ ਗਲਿਆਰਾ ਸਕੀਮ ਬਣੀ ਉਹਦੇ ਤਹਿਤ 1984 ਤੋਂ ਬਾਅਦ 1988 ਦੇ ਵਿੱਚ ਕਿ ਉਹਦੇ ਦੁਆਲੇ ਦੁਆਲੇ ਘਰਾਂ ਦੀ ਜਿਹੜੀ ਹੈ ਉਹ ਸਫਾਈ ਕੀਤੀ ਜਾਵੇ ਅਤੇ ਗਲਿਆਰਾ ਬਣਾ ਕੇ ਕੋਈ ਛੇਤੀ ਕਿਤੇ ਇਹਦੀ ਸੁਰੱਖਿਆ ਨੂੰ ਕੋਈ ਖਤਰਾ ਨਾ ਪੈਦਾ ਹੋਵੇ। ਇਹਦੇ ਕਰਕੇ ਉਦੋਂ ਕੀ ਕੀਤਾ ਕਿ ਸੈਂਟਰ ਸਰਕਾਰ ਨੇ ਸਾਰੇ ਘਰ ਅਕੁਆਇਰ ਕਰ ਲਏ। ਜਦੋਂ ਅਕੁਆਇਰ ਕੀਤੇ ਹੈ ਤਾਂ ਉਸੇ ਵੇਲੇ ਸਾਰੇ ਢਾਹ ਦਿੱਤੇ, ਕੁਝ ਦੱਬ ਦਿੱਤੇ, ਮਤਲਬ ਉੱਥੇ ਪਾ ਦਿੱਤਾ। ਉਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਉਹ ਕਿਹੜੇ ਘਰ ਸੀ ਜਾਂ ਕਿਹੜੇ ਸੀ, ਉਹ ਡਿਪਟੀ ਕਮਿਸ਼ਨਰ ਦੇ ਕੋਲ ਸਾਰਾ ਰਿਕਾਰਡ ਹੈ, ਪ੍ਰਸ਼ਾਸਨ ਦੇ ਕੋਲ ਰਿਕਾਰਡ ਹੈ, ਪ੍ਰਸ਼ਾਸਨ ਦੱਸੇ ਕੌਣ ਹੈ ਕੌਣ ਨਹੀਂ ਹੈਗੇ, ਕਿਹਦਾ ਘਰ ਹੈ, ਕਿ ਇਹਦੀ ਹਾਲਾਤ ਕੀ ਹੈ। ਜਿਹਦੇ ਵਾਸਤੇ ਸਾਡਾ ਫਰਜ਼ ਬਣਦਾ ਸੀ ਕਿ ਕੌਮ ਜਿਹੜੀ ਹੈ ਕਿਤੇ ਕਿਸੇ ਦੁਬਿਧਾ 'ਚ ਨਾ ਪੈ ਜਾਵੇ, ਕੋਈ ਇਹਦਾ ਜਿਹੜਾ ਸੋਸ਼ਲ ਮੀਡੀਆ ਉੱਤੇ ਉੱਤਰਾਖੰਡ ਗੁਰਦੁਆਰਾ ਨਾਨਕ ਮੱਤਾ ਵਿਖੇ ਘਟਨਾ ਵਾਪਰੀ ਸੀ, ਜਿਹਦੇ ਨਾਲ ਉੱਥੋਂ ਦੇ ਸਿੱਖਾਂ ਦੇ ਅਤੇ ਬਾਹਰੀ ਸਿੱਖਾਂ ਦੇ ਸਾਰਿਆਂ ਦੇ ਹਿਰਦੇ ਜਿਹੜੇ ਸੀ ਬੜੇ ਦੁਖਦਾਈ ਵੀ ਹੋਏ ਅਤੇ ਬਰੁੰਦਰੇ ਵੀ ਗਏ। ਉਹਦੇ ਵਾਸਤੇ ਜਿਉਂ ਹੀ ਅਸੀਂ ਸੁਣਿਆ ਇਮੀਡੀਏਟ ਮਾਨਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਜਿੱਦਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਨਮਾਈ ਹੇਠ ਉਹ ਜਿਹੜੀ ਸੀ ਕਮੇਟੀ ਤਿਆਰ ਕੀਤੀ ਗਈ, ਜਿਹੜੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਰਦਾਰ ਮਲਕੀਤ ਸਿੰਘ ਜੀ ਔਰ ਪ੍ਰਚਾਰਕ ਸਾਡੇ ਸਰਬਜੀਤ ਸਿੰਘ ਜੀ ਟੋਟੀਆਂ ਅਤੇ ਗਿਆ ਸਰਦਾਰ ਅਜੀਤ ਸਿੰਘ ਜੀ ਧਰਮ ਪ੍ਰਚਾਰ ਦੇ ਜਿਹੜੇ ਸੁਪਰਵਾਈਜ਼ਰ, ਉਹ ਉੱਥੇ ਗਏ ਔਰ ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਨੇ ਦੱਸਿਆ ਕਿ 10,000 ਦੇ ਕਰੀਬ ਸੰਗਤਾਂ ਉੱਥੇ ਜੁੜੀਆਂ ਬੈਠੀਆਂ ਸਨ। ਇੰਨਾ ਉਹਨਾਂ ਦੇ ਮਨ ਵਿੱਚ ਜਿਹੜੀ ਸੀ ਰੋਸ ਗਿਆ ਕਿ ਇੱਕ ਮੁੱਖ ਮੰਤਰੀ ਦੇ ਆਉਣ ਦੇ ਉੱਤੇ ਗੁਰਦੁਆਰਾ ਸਾਹਿਬ ਜੀ ਦੇ ਕੰਪਲੈਕਸ ਵਿੱਚ ਜੋ ਐਂਟਰ ਕਰਦੇ ਦਰਸ਼ਨ ਰੋਡ ਦੇ ਕੋਲ ਡਾਂਸ ਕਰਾਇਆ ਗਿਆ ਲੜਕੀਆਂ ਕੋਲ, ਜਿਹੜਾ ਸਾਡੇ ਧਰਮ ਦੇ, ਸਾਡੀ ਗੁਰਮਤ ਦੇ ਖਿਲਾਫ ਸੀ, ਸਾਡੀ ਮਰਿਆਦਾ ਦੇ ਖਿਲਾਫ ਸੀ, ਜਿਹਦੇ ਨਾਲ ਸੰਗਤ ਵਿੱਚ ਬਹੁਤ ਵੱਡਾ ਰੋਸ ਸੀ। ਉਹ ਫਿਰ ਜਾ ਕੇ ਸੀ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਜਿਹੜੀ ਉੱਥੇ ਕਮੇਟੀ ਹੈ ਗੁਰਦੁਆਰੇ ਦੀ, ਸਾਰਾ ਪ੍ਰਬੰਧ ਉਹਨਾਂ ਨੂੰ ਦੇਖਣਾ ਚਾਹੀਦਾ, ਕਿਉਂ ਉਹਨਾਂ ਅਲਾਓ ਕੀਤਾ, ਗਲਤੀ ਉਹਨਾਂ ਦੀ ਹੈ। ਉੱਥੇ ਫਿਰ ਜਾ ਕੇ ਉਹਨਾਂ ਨੇ ਸਾਰਾ ਹੱਲ ਕਰਾਇਆ, ਪਹਿਲੇ ਮੈਂਬਰ ਜਿਹੜੇ ਸਨ ਉਹ ਬਰਖਾਸਤ ਕੀਤੇ, ਨਵੀਂ ਕਮੇਟੀ ਸੰਗਤ ਵਿੱਚੋਂ ਚੁਣੀ ਅਤੇ ਪੂਰੀ ਜਿਹੜੀ ਜਿਹੜਾ ਉੱਥੇ ਕੋਈ ਬਾਬਾ ਤਰਸੇਮ ਸਿੰਘ ਹੈ, ਪਤਾ ਲੱਗਾ ਕਿ ਮੁਕਟ ਉਹਨੇ ਪਹਿਨਾਇਆ, ਜਿਹੜਾ ਮੁਕਟ ਪਹਿਨਾਉਣਾ ਸੀ ਉਹ ਵੀ ਉਹਨੇ ਪਹਿਨਾਇਆ। ਉਹ ਸਾਰੀ ਰਿਪੋਰਟ ਸ਼੍ਰੀ ਅਕਾਲ ਤਖ਼ਤ ਸਾਹਿਬ 'ਚ ਪਹੁੰਚ ਗਈ ਹੈ, ਜੋ ਸਿੰਘ ਸਾਹਿਬ ਜੀ ਆਉਣ ਵਾਲਾ ਫੈਸਲਾ ਕਰਨਗੇ। ਸੰਗਤ ਨੇ ਕਿਹਾ ਕਿ ਸਾਨੂੰ ਪ੍ਰਵਾਨ ਹੋਵੇ। ਪੌਂਟਾ ਸਾਹਿਬ ਅੱਜ ਕਾਫੀ ਨੁਕਸਾਨ ਹੋਇਆ ਜੀ, ਪਾਰਟੀ ਸਰਕਾਰ ਨਾਲ ਸੜਕਾਂ ਰੁੜਗੀਆਂ ਦੋ ਅਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਪੌਂਟਾ ਸਾਹਿਬ ਬਰਸਾਤ ਨਾਲ। ਮਾੜੀ ਗੱਲ ਕੋਈ ਨਹੀਂ, ਜੇ ਦੇਖੋ ਸਾਨੂੰ ਕੋਈ ਪਤਾ ਲੱਗਾ ਕੋਈ ਉੱਥੇ ਨੁਕਸਾਨ ਹੈ ਕੋਈ ਕਿਸੇ ਗੱਲ ਦਾ ਤਾਂ ਲੋੜ ਪਈ ਤਾਂ ਅਸੀਂ ਜ਼ਰੂਰ ਉੱਥੇ ਪਹੁੰਚਾਂਗੇ। ਚਲੋ ਦੇਖੋ ਗੱਲ ਇਹ ਹੈ, ਕੁਝ ਗੱਲਾਂ ਹੁੰਦੀਆਂ ਜਿਹੜੀਆਂ ਸਾਡੀਆਂ, ਅਸੀਂ ਜਿਹੜੀਆਂ ਅਸੀਂ ਠੇਕੇਦਾਰਾਂ ਕੋਲ ਬਣਾਉਂਦੇ ਹਾਂ, ਕਈ ਵਾਰੀ ਗਲਤੀਆਂ ਰਹਿ ਜਾਂਦੀਆਂ, ਕਮੀਆਂ ਰਹਿ ਜਾਂਦੀਆਂ, ਮਟੀਰੀਅਲ ਘੱਟ ਵਰਤਿਆ ਜਾਂਦਾ, ਉਹ ਅਸੀਂ ਇੱਕ ਹੱਲ ਲੱਭ ਰਹੇ ਹਾਂ ਵੀ ਅਸੀਂ ਸਹਿਯੋਗ ਲਵਾਂਗੇ ਕਾਰ ਸੇਵਾ ਵਾਲਿਆਂ ਦਾ ਵੀ, ਅਸੀਂ ਉਹਨਾਂ ਨੂੰ ਮਟੀਰੀਅਲ ਵੀ ਦਿਆਂਗੇ, ਸਾਥ ਵੀ ਦਿਆਂਗੇ, ਪਰ ਉਹਨਾਂ ਦੀ ਇੱਕ ਗੱਲ ਹੈ ਕਿ ਜੋ ਕੋਈ ਚੀਜ਼ ਬਣਾਉਂਦੇ ਹੈ ਉਹ ਜਰਾ ਕਿ ਸੋਲਿਡ ਜਿਹੀ ਗੱਲ ਹੋ ਜਾਂਦੀ, ਕਿਉਂਕਿ ਮਟੀਰੀਅਲ ਅਸੀਂ ਆਪ ਦਿੰਦੇ ਹਾਂ, ਸਾਰਾ ਕੁਝ ਕਰਦੇ ਹਾਂ, ਅਸੀਂ ਆਪ ਨਾਲ ਨਿਗਰਾਨੀ ਰੱਖਦੇ ਹਾਂ। ਹੁਣ ਜਿਸ ਤਰ੍ਹਾਂ ਜੋੜਾ ਘਰ ਬਣਦੇ ਆ, ਸ਼ਾਇਦ ਅਸੀਂ ਠੇਕੇਦਾਰ ਕੋਲ ਬਣਾਉਂਦੇ ਤਾਂ ਇੰਨੀ ਛੇਤੀ ਨਾ ਵਧੀਆ ਕਰਕੇ ਬਣਦਾ, ਪਰ ਮੈਂ ਦੇਖਿਆ ਵੀ ਕਾਰ ਸੇਵਾ ਵਾਲੇ ਜਿਹੜੇ ਮਹਾਂਪੁਰਖ ਹੈ ਉਹ ਵਧੀਆ ਢੰਗ ਦੇ ਨਾਲ ਬਣਾ ਵੀ ਰਹੇ ਆ ਔਰ ਪੂਰੀ ਧਿਆਨ ਦਾ ਹੀ ਇਰਾਦੇ ਦਾ ਤੇ ਕੰਮ ਕਰ ਰਹੇ। ਛੇਤੀ 4 ਮਹੀਨੇ ਟਾਈਮ ਦੇਗਾ, ਅਜੇ ਹਾਲਾਂਕਿ ਬਰਸਾਤਾਂ ਕਰਕੇ ਅਤੇ ਪਰੇਸ਼ਾਨੀ ਕਰਕੇ ਕੁਝ ਰੁਕਾਵਟ ਆਈ ਹੈ, ਵਰਨਾ 4 ਮਹੀਨੇ ਦੇ ਟਾਈਮ ਦੇ ਵਿੱਚ ਉਹਨਾਂ ਨੇ ਕੀਤਾ ਕਿ ਅਸੀਂ ਤੁਹਾਨੂੰ ਪੂਰਾ ਬਣਾ ਦਿਆਂਗੇ। ਛੋਟੇ ਕੰਮ ਨਹੀਂ ਹੁੰਦੇ, ਇਹ ਵੱਡੇ ਕੰਮ ਹੈ, ਸਹਿਯੋਗ ਨਾਲ ਹੀ ਬਣਦੇ।
ਸੋ ਇਸੇ ਕਰਕੇ ਸਹਿਯੋਗ ਲਏ ਜਾਂਦੇ ਸਨ। ਉਹਦੇ ਬਾਰੇ ਕਿ ਦਾਵਾ ਕੀਤਾ ਜਾਂਦਾ ਕਿ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸੀ ਜੀ, ਉਹਨਾਂ ਦੇ ਰਹਿਸ਼ ਜਾਂ ਇਤਿਹਾਸਕ ਹੋ ਗਈ ਹੈ, ਇਹ ਵਿਰਾਸਤ ਹੋ ਗਈ ਹੈ। ਮਹੰਤ ਮੂਲ ਸਿੰਘ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸੀ, ਉਹਨਾਂ ਦੀ ਵੀ ਰਹਿਸ਼ ਜਿਹੜੀ ਸੀ ਉਹ ਇਸੇ ਇਲਾਕੇ ਕਹਿੰਦੇ ਆ, ਜਿਹੜਾ ਹਿਸਟਰੀ ਦਾ ਸੰਬੰਧ ਹੋਵੇ, ਜੇ ਨਾ ਗੁਰੂ ਇਤਿਹਾਸ ਦਾ ਸੰਬੰਧ ਹੋਵੇ, ਜਾਂ ਕੋਈ ਨਿਸ਼ਾਨੀਆਂ ਹੋਣ ਜੀ, ਜਾਂ ਇਤਿਹਾਸ ਦੀ ਕੋਈ ਬਹੁਤ ਸਾਨੂੰ ਕੋਈ ਜਾਣਕਾਰੀ ਉਹ ਤੋਂ ਲੈਣੀ ਹੋਵੇ, ਉਹਨਾਂ ਨੂੰ ਤਾਂ ਅਸੀਂ ਕਹਿੰਦੇ ਕਿ ਇਤਿਹਾਸਕ ਨੇ, ਟ੍ਰੈਡੀਸ਼ਨਲ ਨੇ ਉਸ ਵੇਲੇ ਦੀਆਂ। ਪਰ ਜਿਹੜੇ ਘਰ ਨੇ ਉਦੋਂ ਤਾਂ ਸਾਰਾ ਅੰਮ੍ਰਿਤਸਰ ਸਾਹਿਬ ਜਿਹੜਾ ਵਸਿਆ, ਬਹੁਤ ਸਾਰੀ ਦੁਨੀਆਂ ਦੇ ਘਰ ਨੇ। ਹੁਣ ਘਰ ਜੇ ਅਸੀਂ, ਮੈਂ ਨਹੀਂ ਕਹਿੰਦੀ ਕਿ ਉਸ ਉਹ ਬਿਲਡਿੰਗ ਕੀ ਹੈ, ਕਿਉਂਕਿ ਜਦ ਤੱਕ ਟੂਰਿਜ਼ਮ ਵਾਲੇ ਕਿ ਨਹੀਂ ਦੱਸਦੇ, ਹੁਣ ਚਾਹੇ ਤਾਂ ਮੈਂ ਸਰਟੀਫਿਕੇਟ ਨਹੀਂ ਦੇ ਸਕਦੀ ਕਿ ਉਹ ਕਿਹੜੀ ਬਿਲਡਿੰਗ ਹੈ, ਮੈਂ ਨਹੀਂ ਦੱਸ ਸਕਦੀ। ਪਰ ਜੇ ਇੱਕ ਗੱਲ ਦਾ ਧਿਆਨ ਰੱਖੀਏ ਕਿ ਜਿਹੜੇ ਘਰ ਅਸੀਂ ਸਾਡੇ ਪੜਦਾਦੇ, ਜੇ ਮੇਰੀ ਰਿਹਾਇਸ਼ ਹੋਵੇ ਮੰਨ ਲਓ, ਜਿਹੜੇ ਮੇਰੇ ਪੜਦਾਦਿਆਂ ਦੀ ਹੋਏਗੀ, ਮੇਰੇ ਦਾਦਿਆਂ ਨੇ ਚੇਂਜ ਕਰਤੀ, ਦਾਦਿਆਂ ਦੀ ਬਾਬਿਆਂ ਨੇ ਕਰਤੀ, ਬਾਪੂਆਂ ਨੇ ਕਰਤੀ, ਬਾਪੂਆਂ ਦੇ ਅਸੀਂ ਕਰ ਦਿੰਦੇ। ਸੋ ਜਿਹੜੀ ਰਿਹਾਇਸ਼ ਹੁੰਦੀ ਇੱਕ ਆਰਡਨਰੀ ਵਿਅਕਤੀ ਦੀ, ਭਾਵੇਂ ਉਹ ਗ੍ਰੰਥੀ ਹੋਵੇ, ਭਾਵੇਂ ਕੋਈ ਰਾਗੀ ਹੋਵੇ, ਭਾਵੇਂ ਕੋਈ ਪ੍ਰਚਾਰਕ ਹੋਵੇ, ਜਾਂ ਕੋਈ ਕਿਸਾਨ ਹੋਵੇ, ਭਾਵੇਂ ਕੋਈ ਵਪਾਰੀ ਹੋਵੇ, ਦੁਕਾਨਦਾਰ ਹੋਵੇ, ਰਿਹਾਇਸ਼ ਤਾਂ ਰਿਹਾਇਸ਼ ਹੀ ਹੈ। ਸੋ ਉਹਨੂੰ ਅਸੀਂ ਹਿਸਟੋਰੀਕਲ ਇਹ ਨਹੀਂ ਕਹਿ ਸਕਦੇ ਕਿ ਉਹ ਹਿਸਟੋਰੀਕਲ ਹੈ। ਹਿਸਟੋਰੀ ਤਾਂ ਹੈ ਕਿ ਹਿਸਟਰੀ ਕੇ ਜਿਹੜਾ ਦੇਸ਼ ਦੀ ਕੋਈ ਹਿਸਟਰੀ ਦਾ ਸੰਬੰਧ ਹੋਵੇ, ਜਾਂ ਕੋਈ ਕੌਮ ਦੀ ਹਿਸਟਰੀ ਦਾ ਸੰਬੰਧ ਹੋਵੇ, ਗੁਰੂਆਂ ਦੇ ਇਤਿਹਾਸ ਨਾਲ ਸੰਬੰਧਿਤ ਹੋਵੇ, ਗੁਰੂ ਕਾਲ ਦੀ ਗੱਲ ਹੋਵੇ, ਗੁਰੂ ਸਾਹਿਬ ਦੇ ਮੁਬਾਰਕ ਹੱਥਾਂ ਨਾਲ ਕਰ ਕਮਲਾਂ ਨਾਲ ਤਿਆਰ ਹੋਈ ਹੋਵੇ, ਜਾਂ ਜਿੱਥੇ ਉਹਨਾਂ ਦੇ ਚਰਨ ਪਏ ਹੋਣ, ਉਹ ਚੀਜ਼ਾਂ ਹੁੰਦੀਆਂ। ਬਾਕੀ ਗੁਰੂ ਰਾਮਦਾਸ ਦੀ ਨਗਰੀ ਤਾਂ ਸਾਰੀ ਗੁਰੂ ਤੇਗ ਗੁਰੂ ਰਾਮਦਾਸ ਜੀ ਨੇ ਵਸਾਈ ਸੀ, ਇਹ ਤਾਂ ਆਪ ਉਹਨਾਂ ਨੇ ਸਾਰੇ ਇੱਥੋਂ ਕਿਰਤੀ ਲਿਆਉਂਦੇ ਸੀਗੇ, ਸਾਰਿਆਂ ਨੂੰ ਬਿਠਾਇਆ ਸੀਗਾ। ਹੁਣ ਜੇ ਆਪਾਂ ਇਹ ਗੱਲ ਕਹਿ ਦਈਏ ਤਾਂ ਪਿੱਛੇ ਜਦੋਂ ਅਸੀਂ ਪ੍ਰਕਰਮਾ ਬਣਾਈ ਹੈ ਪਹਿਲਾਂ, ਜੇ ਪ੍ਰਕਰਮਾ ਉਸ ਵੇਲੇ ਨਾ ਬਣੀ ਹੁੰਦੀ, ਸੰਗਤ ਕਿੱਥੇ ਖੜੀ ਹੁੰਦੀ? ਜੇ ਉਸ ਵੇਲੇ ਪੁੰਗੇ ਸਮਾਪਤ ਕਰਕੇ ਪ੍ਰਕਰਮਾ ਨਾ ਬਣਾਈ ਹੁੰਦੀ, ਤਾਂ ਇਹ ਸੰਗਤ ਕਿੱਥੇ ਜਾਂਦੀ? ਦੱਸੋ ਅੱਜ ਇੰਨੀ ਲੱਖਾਂ ਦੀ ਸੰਗਤ ਹੈ ਸਾਡੇ ਵਾਸਤੇ, ਦੇਖੋ ਸਾਡੀ ਚਿੰਤਾ ਦਾ ਵਿਸ਼ਾ ਆਉਣ ਵਾਲੇ ਸਮੇਂ ਨੂੰ, ਜੇ ਅਸੀਂ ਇਹਨੂੰ ਤਿਆਰ ਨਹੀਂ ਕਰਾਂਗੇ, ਸਹੀ ਨਹੀਂ ਬਣਾਵਾਂਗੇ, ਖਲੋਣ ਵਾਸਤੇ ਜਗ੍ਹਾ ਨਹੀਂ ਬਣਾਵਾਂਗੇ, ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ, ਨਾ ਪਰੇਸ਼ਾਨੀ ਕਰਿਆ ਕਰੋ, ਨਾ ਸੰਗਤਾਂ ਨੂੰ ਦੁਬਿਧਾ 'ਚ ਪਾਓ। ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ, ਜੇ ਕਿਸੇ ਨੂੰ ਕਿਸੇ ਗੱਲ ਦਾ ਪਤਾ ਹੋਵੇ, ਜ਼ਰੂਰ ਸਾਡੇ ਨਾਲ ਸੰਪਰਕ ਕਰੇ। ਦੱਸਣਾ ਵੀ ਕੁਝ ਨਹੀਂ, ਦੱਸਣਾ ਵੀ ਕੁਝ ਨਹੀਂ, ਐਵੇਂ ਵੀ ਕਹੀ ਜਾਣਾ, ਉਹਦਾ ਕੋਈ ਫਾਇਦਾ ਨਹੀਂ। ਬੀਬੀ ਜੀ, ਗੱਲ ਇਹ ਹੈ, ਆਸਕਰ ਸਾਹਿਬ ਉਸ ਦਿਨ ਮੀਟਿੰਗ ਹੋਈ ਸੀ, ਉਹਦੇ ਵਿੱਚ ਜਿਹੜੀ ਤੁਹਾਡਾ ਭਾਸ਼ਣ ਸੀ ਉਹਨੂੰ ਲੈ ਕੇ ਬਹੁਤ ਸਾਰਾ ਵਿਵਾਦ ਹੋ ਰਿਹਾ, ਮਾਝੀ ਵੱਲੋਂ ਚੈਲੰਜ ਵੀ ਕੀਤਾ ਗਿਆ, ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਤੁਸੀਂ ਕਿਹਾ ਸੀ ਕਿ ਮੈਂ ਲਿਖਤੀ ਤੌਰ 'ਤੇ ਤੁਹਾਨੂੰ ਸਾਰੇ ਜਵਾਬ ਭੇਜਾਂਗੀ, ਉਹ ਥੋੜ੍ਹਾ ਸਪਸ਼ਟ ਕਰੋ ਕੀ ਪੂਰਾ ਮਾਮਲਾ ਹੈ। ਚਲੋ ਮੈਨੂੰ ਕੀ ਲੋੜ ਹੈ ਸਪਸ਼ਟ, ਮੈਂ ਜੋ ਬੋਲਦਾ ਤੁਹਾਡੇ ਸਾਹਮਣੇ ਬੋਲਦਾ, ਤੁਸੀਂ ਸੁਣਿਆ, ਸਾਰੇ ਸੁਣ ਲਿਆ, ਠੀਕ ਹੈ। ਜੋ ਹਾਲਾਤ ਉਸ ਵੇਲੇ ਖਟੜਾ ਸਾਹਿਬ ਨੇ ਵਰਣਨ ਕੀਤੇ, ਉਹ ਹਾਲਾਤ ਜਿਹੜੇ ਸੀ ਉਹ ਜਨਮਯੋਗ ਨਹੀਂ ਸੀ, ਕਿ ਜਿਸ ਤਰ੍ਹਾਂ ਦੀ ਉਹਨਾਂ ਨੇ ਉੱਥੇ ਅਪਮਾਨਿਤ ਲੋਕਾਂ ਨੇ ਘਟਨਾ ਕੀਤੀ, ਔਰ ਉਹ ਘਟਨਾ ਅਪਮਾਨਜਨਕ ਜਿਹੜੀ ਸੀ ਉਹ ਮੇਰੇ ਕੋਲ ਨਹੀਂ ਚਲੀ ਗਈ, ਨਹੀਂ ਸਹੀ ਗਈ, ਮੇਰਾ ਮਨ ਇਮੋਸ਼ਨਲ ਹੋ ਗਿਆ ਕਿ ਅਸੀਂ ਕਿੱਥੇ ਬੈਠੇ ਹਾਂ, ਸਾਡੀ ਸਿੱਖੀ ਦੀ ਸੋਚ ਕਿੱਥੇ ਬੈਠੀ ਹੈ, ਅਸੀਂ ਕਿੱਥੇ ਸਿਧਾਂਤ ਨਾਲ ਜੁੜੇ ਹਾਂ। ਔਰ ਜਿਹੜੇ ਲੋਕ ਆਪਣੇ ਆਪ ਨੂੰ ਪੂਰੇ ਗੁਰਸਿੱਖ ਅਸੀਂ ਕੁਹਾਰੇ ਹਾਂ, ਮੈਂ ਵੀ ਵਿੱਚੇ ਹੀ ਹੋ ਸਕਦੀ ਹਾਂ, ਮੇਰੇ ਕੋਲ ਵੀ ਕਟਾਈਆਂ ਹੁੰਦੀਆਂ ਹੋਣਗੀਆਂ, ਪਰ ਗੱਲ ਇਹ ਹੈ ਕਿ ਸਾਨੂੰ ਅੱਜ ਚਿੰਤਾ ਇਸ ਗੱਲ ਦੀ ਹੈ ਕਿ ਆਪਣਿਆਂ ਕੋਲੋਂ ਇਹ ਅਪਮਾਨ ਨਹੀਂ ਹੋਣਾ ਚਾਹੀਦਾ ਗੁਰੂ ਦੇ ਵਾਸਤੇ, ਤਾਂ ਉਹ ਗੱਲ ਕੀਤੀ ਸੀ ਮੈਨੂੰ, ਕਿਉਂਕਿ ਉਹਦੇ ਨਾਂ ਪੂਰੇ ਦਾ ਨਹੀਂ ਪਤਾ ਸੀ। ਮੈਂ ਕਹਾਂ ਨਹੀਂ ਪਤਾ ਹੋ ਸਕਦਾ, ਜੇ ਮੈਂ ਕਿਹਾ ਤਾਂ ਉਹਦਾ ਨਾਂ ਜੋ ਮਾਂਝੀ ਲੋਕ ਕਹਿੰਦੇ, ਹੁਣ ਮੈਂ ਕੀ ਕਹੇ ਪਤਾ ਨਹੀਂ, ਮਾਂਝੀ ਕਿ ਸਾਂਝੀ ਸੀ, ਮੈਂ ਤਾਂ ਕਹਿ ਦਿੱਤਾ, ਬਾਕੀ ਮੈਨੂੰ ਪਤਾ ਨਹੀਂ ਉਹਦਾ ਨਾਂ ਕੀ ਹੈ ਪੂਰਾ। ਬੜੀ ਵਾਰ ਕਹਿ ਚੁੱਕੇ ਹਾਂ, ਸ਼ੁਕਰ ਕੈਪਟਨ ਸਾਹਿਬ ਨੇ ਵੀ ਕਹਿਤਾ, ਸੀ ਐਮ ਸਾਹਿਬ ਨੇ ਵੀ, ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਆਵਾਜ਼ ਨੂੰ ਬੁਲੰਦ ਕੀਤਾ। ਚਲੋ ਦੇਖੋ, ਭਾਵੇਂ ਸਿਸਟਮ ਖਤਮ ਹੋ ਗਏ ਨੇ, ਪਰ ਜੇ ਉਹਦੇ ਨਾਲ ਸਾਡੀ ਪਿਛਲੀ ਕੋਈ ਯਾਦ ਜੁੜੀ ਹੋਏਗੀ ਤਾਂ ਜ਼ਰੂਰ ਰੱਖਾਂਗੇ। ਜਲਦੀ ਕਰ ਦੇਵਾਂਗੇ ਜੀ, ਬਾਅਦ ਸ਼ੁਰੂ ਕਰ ਲਈਏ। ਦੇਖੋ ਇਹਦਾ ਪਹਿਲਾਂ ਸ਼ੁਰੂ ਕਰਨ ਦਾ ਕੀ ਮਕਸਦ ਹੈ, ਉਹ ਇਹ ਹੈ ਕਿ ਸੰਗਤ ਨੂੰ ਜਦੋਂ ਵੀ ਅਸੀਂ ਕਹਿੰਦੇ ਹਾਂ ਨਾ ਵੀ ਤੁਸੀਂ ਮਾਤਾ ਭਾਗ ਕੌਰ ਜੀ ਸਰਾਂ ਚਲ ਜਾਓ, ਨਹੀਂ ਮੰਨਦੇ। ਜੇ ਕਹਿੰਦੇ ਤੁਸੀਂ ਬਾਬਾ ਦੀਪ ਸਿੰਘ ਸਰਾਂ ਚਲ ਜਾਓ, ਨਹੀਂ ਮੰਨਦੇ। ਬੜੀ ਮੁਸ਼ਕਲ ਨਾਲ ਮਨਾਈ ਦੀ ਹੈ ਕਿ ਤੁਸੀਂ ਚਲੇ ਜਾਓ, ਕਮਰੇ ਨਹੀਂ ਹੈਗੇ। ਉਹਨਾਂ ਦੀ ਇੱਕੋ ਰੀਝ ਹੁੰਦੀ ਹੈ ਕਿ ਅਸੀਂ ਇੱਥੇ ਹੀ ਰਹਿਣਾ, ਗੁਰੂ ਰਾਮਦਾਸ ਜੀ ਦੀ ਗੋਦ ਵਿੱਚ ਹੀ ਰਹਿਣਾ, ਅਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਅਸੀਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੈ। ਸਾਰਿਆਂ ਦੇ ਮਨ 'ਚ ਇੱਕੋ ਰੀਝ ਹੈ ਕਿ ਅਸੀਂ ਇੱਥੇ ਕੀ ਰਹੀਏ, ਗੁਰੂ ਦੇ ਲੰਗਰ ਦੇ ਸਾਹਮਣੇ, ਦੀਵਾਨ ਹਾਲ ਦੇ ਸਾਹਮਣੇ, ਜਾਂ ਗੁਰੂ ਰਾਮਦਾਸ ਦੀ ਗੋਦ, ਇਹਨੂੰ ਗੁਰੂ ਰਾਮਦਾਸ ਦੀ ਗੋਦ ਸਮਝਦੇ। ਬਾਅਦ ਜਦੋਂ ਥੋੜ੍ਹਾ ਜਿਹਾ ਵੀ ਕਹਿੰਦੇ, ਭਾਵੇਂ ਇੱਕ ਫਰਲਾਂਗ 'ਤੇ ਵੀ ਹੋਵੇ,
नहीं जाना चाहते, इस करके पहला असं सोचते हैं कि वो घर बनाइए और रिहायश बनाइए जिद संगत की शांति भी हो सके तो उन्होंने मन का चाव भी पूरा हो सके। देखो जी असी तो किन्नी बारी लिख चुके हैं कह चुके हैं वाहगुरु करे कि उन्होंने जिदा पहला गुरु की अरदास कबूल हुई सी इसे तरह अरदास कबूल हो जाए। देखो वो मैं खुशी है कि वो इतिहास से संबंधित ने, खास करके सिख इतिहास की उस संस्था के जड़ा के उन्होंने बजुर्गों का बड़ा वाला इतिहास छुपया होया। सरदार तेजा सिंह जी समुंदरी साहब जी का, सरदार बिशन सिंह जी समुंदरी साहब उन्होंने बाप का, उन्हें करके उन्होंने मन में पहले ही वैसे चाव होंगे। मैं देख रही सर उन्होंने वाइफ जी इटली से वाइफ ने, मैं जो गई उन्हें बड़िया मुश्किलों उत्ते कोविड का समा भी सी, बहुत लोगों का ध्यान भी रखिया, तो 2020 व्यक्तियों को उस वे पासपोर्ट दवाए क्योंकि उन्होंने मन च दर्द सी पंजाब के लोगों का। उन्हें कहा कि बीबी जी तुम कह दो जिन्हें भी व्यक्ति है जिन्हें भी बच्चे विदाउट पासपोर्ट है मैं सब दे बना के दूंगी और तुम हैरान होवोगे कि हर एक का एक एक पासपोर्ट जरा सी बीबा जी ने बना के दिता। इस तरह मैं गल की तुम भी करके आए हो, उन्होंने मन च दर्द है और कहें कि जिते भी कोई सिखा की गल हो मैं पूरी आवाज़ उठा पूरी गल करता, उन्होंने तो यही आस है कि असी आने वाले समय में भी सिखा का जो दर्द है वो इस तरह लगे। अफगानिस्तान ग्रह जो चल रहे सिखा सुरक्षा लैके काफ़ी, देखो साड़ी बदकिस्मती है सिखा की, पाकिस्तान कह लो अफगानिस्तान लोग जिते घट आबादी है उत्थे चिंता सिखा की बनी हुई है, उतो सारे सिख तकरीबन इधर आ चुके हैं दिल्ली पहुँच गए बड़े, तो 20 परिवार सुनया उस दिन अखबार च के 20 परिवार से बह गए। ये भी एक चिंता की गल है किसी देश में सिखा की मर्फी हो जाना ये समझ लो कि इतने असुरक्षित जरा महसूस करते हैं, सो ये नहीं होना चाहिए। मैं अफगानिस्तान की सरकार भी पाकिस्तान बाकी सारी सरकार बेनती करा कि घट गिनती के लोग कोई भी धर्म के हो, खास करके सिख धर्म बहुत छोटी जी कम्यूनिटी है वो जिथे जिथे भी हो सारे सुरक्षा जी दी जाए। गुरु साहब आदि काफ़ी हाल है 18 व्डिया हालों के केवल 3 हॉल है जिथे असी श्रद्धालु पा सकते हैं, 15 हॉल ऐसे है जिथे श्रद्धालु पै ही नहीं सकते लंबे नहीं पै सकते, 232 कमरे जो 125 कमरे है जिन्होंने असी वरतते हैं, पर उन्होंने भी हालात कितने तुम जाके सारे देख के आओ और सारी कितने वीडियो बना के देखो तुम कहोगे कि इतने श्रद्धालु रेंदे कि सानू इस गल की नमोशी भी है सानू शर्म भी है कि धन गुरु रामदास के नाँ के उत्ते सराह जी बनी हो हालात इन्ने नाजुक हो चुके हैं इन्ने खतरनाक हो चुके हैं कि साढ़े वास्ते बड़ी वड्डी परेशानी। उन्होंने बनाने वास्ते असी जिहड़ा श्रोमणी गुरुद्वारा प्रबंधक कमेटी ने एक साल पहला भी मता किया बिच रह गई, पर कई चलो मैं सत्कार करती हैं कई लोग ऐसा बयान दे देंगे है जिन्हें लोगों के बड़ी वड्डी एक चिंता जी बन जाती भी पता नहीं कारण की है। मैं कहनी है कि वो यही दसते हैं कि इधर इतिहास की जुड़िया हुआ सवाए सराह तो, सराह है रिहायश है इतिहास यही है कि श्री गुरु रामदास के नाम उत्ते बनी हुई पहली रिहायश है। हुण जिहड़ियां रिहायशां बनाईआं उन्हों सुंदर भी बनाया जाएगा उन्होंने वधाया भी जाएगा उन्होंने असी वधिया भी बनाईए ता जो संगत आई जिहड़ी है वह परेशान ना हो, आधुनिक ढंग के नाल उहदी रिहायश भी हो। हर व्यक्ति जिहड़ा वह विद टॉयलेट कमरा मंगता है, हर व्यक्ति चाहता है कि मैनूं सैपरेट कमरा मिले, ये कमरे भी बड़े वड्डे है कई थां ते 10-10 बैड लग जाते हैं कदे 20-20 भी लगते हैं, सो हर व्यक्ति जिहड़ा चाहता है कि सानूं उत्थे कमरे दा उपलब्ध किए जाण। असी तकरीबन इहनूं बड़े सुंदर ढंग के नाल तैयार करना चाहते हैं, ये भी नाल कि जिहड़ी इहदी दिख है बाहरों वो दिख भी जड़ी है उस ढंग की बनाई जाए जिदे नाल संगतां विच प्यार भी होई श्रद्धा जी है उपजदी रहे। जिहड़ी ड्योढ़ी है वो साडी बहुत प्यारी ढंग नाल बनी हुई है, असीं चाहुंदे हां कि उस ड्योढ़ी नूं उदां ही शिंगारिया जाए उदां ही वधिया कीता जाए मुरम्मत की जाए उदां ही सुंदर रखिया जाए जिहड़े कमरे है, क्योंकि अज जे साडे कोल अकाली मार्केट जिहड़ा अकाली बाग सी साडा उत्थे उत्थे भी साडे कोल 250-250 दे 4 टावर बनाउण वास्ते असीं नक्शे पास कर नक्शे तैयार किए हैं वह भी बनाउणे, घट्टो घट साडे कोल जे 5,000 तो वध कमरा होवे तां कितें जाके साडी सैटिस्फैक्शन हुंदी है कि आई संगत नूं असीं कमरे दे सकीए। सो वह कमरे सगों मैं तो बेनती करती हाँ कि संगतां नूं श्रद्धा दे नाल
अपने माँ प्यो के ना दिते कोई ना कोई कबरा तैयार करने वास्ते सानू कहे आप विच हिस्सा पाउण आप विच आ गए श्रद्धा नाल भेट इकरार भेट करके किसी की याद में कोई कमरे बना लैन कोई हिस्सा बना लैन इस ध्यान के नाल सगा संगता साडा सहयोग भी दिया इहदे विच। पर मैं समझदी हाँ कि जेडे कुछ व्यक्ति साडे रुकावटां बनते हैं वह मैं कारण दसते कहते जी ये यादगार 84 ने जुड़ी है हूँ 84 ने तो सारे कंपलैक्स है लंगर हार जरा सी पहला और जिते अच बगीची बनी हुई है जी बगीची बनी है वह पहला तो लंगर हार से उत्थे संत जरनैल सिंह जी पिंडर वाले उस लंगर हार के उत्ते रेंदे सी उस उत्थे ठहरते से उत्थे लंगर चलते सारे जो पहला हमला होया तो इस लंगर हाल ही होया हूँ वह लंगर हाल 84 तो बाद समाप्त करके नवे सिरे लंगर हाल बने हूँ जो असं कही कि लंगर हाल क्यों असी नवे सिरे बनाया वह भी तो 84 ने जुड़िया हुआ ये गल्लां जिहड़ियां 84 नाल की जुड़िया मैनूं समझ नहीं जे उन्होंने कोई होर इतिहास का पता उन्होंने दसना चाहिए भी कि इतिहासक गल आती है कि ये कारण की है आप संगतों की सहूलत वास्ते जे काम नहीं करांगे साड़ी जिम्मेवारी पूरी नहीं होगी इस करके मैं निमता साहब बेनती करांगी संगतां नूं कि श्रोमणी गुरद्वारा प्रबंधक कमेटी तुहाडी अपनी संस्था है वो चाहती है कि तुहाडे वास्ते चंगी रिहायशां बनाईए चंगे सुख साधन देईए चंगी तुहाडी आया दी आओ भगत होवे तुहानूं सत्कार ते माण मिल सके तुहाडी जिहड़ी मुश्किल है वह हल हो सके इस करके मेरी बेनती है सारे नूं कि सारी संगत निमता साहब बेनती प्रवान करो कि सारे सहयोग दिओ कोई ऐसा सोशल मीडिया के उत्ते कोई छोटिया छोटिया योजना गल्लां ना पाओ जिहदे नाल संगतां दे विच कोई दुविधा पैदा होवे कोई उन्हां दे विच चंबेला पैदा हो जाए ते और कम्मां दे विच रुकावट आ बस यही मेरी बेनती सी तुसीं कोई इहदे बारे तुसीं दस दिओ तुसीं इत्थे रहण वाले हो कि तुसीं उहदी खस्ता हालत देख के आओ उस खस्ता हालत नूं असीं आया ठीक करिए कि ना करिए कि असीं नहीं करांगे ते कमरे कित्थे बणगे सो 800 दा प्रोजैक्ट उत्थे बनाया होया ਵਧੀਆ ਢੰਗ ਦੇ ਨਾਲ ਆਧੁਨਿਕ ਢੰਗ ਦੇ ਨਾਲ ਉਹਨੂੰ ਬਣਾ ਕੇ ਸੰਗਤਾਂ ਦੇ ਹਵਾਲੇ ਕੀਤਾ ਜਾਊਗਾ ਇਹ ਸਾਡੀ ਅੱਜ ਜਿਹੜੀ ਸੀਗੀ ਉਹ ਤੁਹਾਨੂੰ ਅਸੀਂ ਇੱਕ ਸਿਰਿਆ ਦੇਣਾ ਸੀ ਕਿੰਨੇ ਚਿਰ 400 ਕਮਰਾ ਤਿਆਰ ਹੋਏਗਾ ਦੇਖੋ ਇਹਦਾ 2 ਸਾਲ ਦਾ ਟਾਈਮ ਅਸੀਂ ਮਿੱਥ ਰਹੇ ਹਾਂ 2 ਸਾਲ ਦਾ ਅਤੇ 2 ਸਾਲ ਦੇ ਵਿੱਚ ਅਸੀਂ ਕਿਉਂਕਿ 2 ਦਾ 2.5 ਲੱਗ ਸਕਦਾ 2 ਦਾ 1.5 ਵੀ ਲੱਗ ਸਕਦਾ ਪਰ ਗੱਲ ਸ਼ੁਰੂ ਕਰਨ ਦੀ ਹੈ ਜਦੋਂ ਸ਼ੁਰੂ ਹੋ ਗਿਆ ਪਰ ਇੱਕੋ ਮੇਰੀ ਅੱਜ ਅੱਗੇ ਬੇਨਤੀ ਹੈ ਕਿ ਬਿਨਾਂ ਵਜ੍ਹਾ ਤੋਂ ਬਿਨਾਂ ਗੱਲ ਤੋਂ ਬਿਨਾਂ ਕਿਸੇ ऐसी गल तो दुविधा च ना पाया जाए संगत को जिद नाल लोगों के मन से कोई डिप्टी कमिश्नर साहब ने कहा उन्होंने सेंटर न चिट्ठी लिखी उतो आर्कोलॉजी डिपार्टमेंट वाले आए उन्होंने अपनी रिपोर्ट भेजती है कल जिदे उन्होंने लिखा कि हिस्ट्री कोई हिस्टोरिक जगह तो नहीं पर फिर भी ट्रैडिशनल जड़िया कोई उ इमारत ने विरासत ने जी विरासती है कि कोई संबंध ना हो सकता है कि कोई ऐसी चीज़ होनू अपने लैवल से सरकार जी है इनू प्रिजर्व करे ये पता करे तो कोई सैक्शन दिता उन्होंने 1964 सैक्शन दिता कि तहत तुम यदि रख रखाव जी करनी है पता करो कल डिप्टी कमिश्नर साहब ने टूरिज्म डिपार्टमेंट क्योंकि वो जी सैक्शन है वो थले आती है रख रखाव टूरिज्म उन्होंने लिखा कि तुम आके पूरा वेरीफाई करो कि वह बिल्डिंग की है कद ने संबंधित है आप किमें रख रखाव करना किमें सामने क्योंकि असी भी मन बनाया हुआ कि जब तक सरकारी तौर देते पूरी यदि क्लीयरेंस नहीं होंगी असी भी कोई ऐसा काम नहीं करना जिद कोई नुकसान हो बिल्डिंग का नुकसान हो सो सिर्फ तुम्हें दसना सी भी कल टूरिज्म डिपार्टमेंट वो चली गई है जल्दी उन्होंने टीम आएगी वो देखेगी तो फिर उसकी जो कह प्रिजर्व करना है उन्होंने किदा सिक्योर करना है किदा उन्होंने असी बना असी सारे उसके अनुसार सामभा ही असी नहीं वो तो असी कह दिता है असी रख रखाव करा जो सू दस देंगे भी की है तो असी करा प्रिजर्व भी असी करा सामभा भी असी बनावे भी असी क्योंकि असी तो ये कली ये नहीं असी तो नाल ही कहता कि जिन्ना कलियारा स्कीम के तहत अंदर साड़ी सारी कवर होंगी है थां वो सारी सेवा सफाई जी संभाल है वो साढ़े हवाले की जाएगी वह कारण की है कारण यह है
कि उत्थे किन्ना गंद पिया हुंदा है, किन्ना खलारा पिया होया है, कोई सामना नहीं। सरकार दे कोल जिहड़ी चीज़ चल जाती है वह सामना उन्होंने लई बड़ा औखा है। विरासती पार्क वास्ते भी इसते कहने कि सरकार सानू दे देवे कि असी किसी तरीके नाल उहदी रख रखाव जिहड़ी सफाई जिहड़ी कर लईए। उहदे विच वी तुसीं देखदे हो कि जिस चावां नाल बनाया सी विरासती मार्ग अज उहदे हालात की बने हुए। अज उहदी सेवा संभाल करनी बहुत जरूरी है, सफाई करनी बहुत जरूरी है। उहदे वास्ते भी असीं ते कहांगे डिप्टी कमिश्नर साहब नूं भी उह वी सानू सगा सेवा वास्ते दित्ती जावे कि असीं उहदी सेवा संभाल ते सफाई जिहड़ी उह करवा दईए। लिखती रूप विच असीं फिलहाल गलियारे दा लिख के भेजिआ और ये भी असी उन्होंने भेज देंगे। लिखती रूप च कल चिट्ठी भेजी है कि डिप्टी कमिश्नर साहब न जो गलियारा दुआले बनया हुआ श्री दरबार साहब के श्री अकाल तख्त साहब के वह गलियारे की सारी सेवा संभाल जी है वह श्रोमणी गुरुद्वारा प्रबंधक कमेटी हवाले की जाए, क्योंकि संगत सार आँदी है जी उ उत्तर दर्शन करती है, उन्हें खड़ोना होंगे बहना होंगे, उत्थे बूटे सोने लग जा, उत्थे सफाई हो जाए, वह सारा करने वास्ते असी जी उन्होंने चिट्ठी लिखी है। तीजी जी गल हैगी है कि देखो बड़िया जड़िया गल्ला हुंदियां कि जो संगत तुसी आज भी देखते हो लखां दी गिनती च संगत आ रही है, लखां दी गिनती च। सानू आज जरूरी है कि अपनियां इमारतां नूं अपनियां रहायशां नूं अपनियां सरावां नूं असी वाधा करिए। श्री गुरु रामदास सरां, श्री गुरु हरगोबिंद निवास, माता गंगा निवास, श्री गुरु अर्जन निवास, गुरु नानक निवास, जां माता भाग कौर जी निवास, जां सारागढ़ी निवास पहले ही बने हुए। इन सारे की मेरे ख्याल मैक्सीमम साढ़े को जी रिहायश है वह 2000 के करीब है, 1500 के करीब, 2000 बस इन्ने की। लखा लोग आते हैं, लखा श्रद्धालु आते हैं, साड़ी बेबसी हो जाती कई बार, मुलाजम अपने टैलीफोन बंद कर लेंगे है जो संगत साढ़े को कमरे मंगदियाँ, तो असं इन्ने परेशान होंगे हैं कि साढ़े को रिहायश नहीं दी जाती। हूँ जोड़े साढ़े को ऑलरेडी एग्जिस्टिंग सरावान ने, गुरु हरगोबिंद निवास है वो रेनोवेशन होने वाली है, वो रेनोवेशन कर लगे हैं। इस तरह माता भाग कौर निवास है वो रेनोवेशन होने वाली, वो रेनोवेशन करनी है। धन श्री गुरु रामदास जी के नाल उत्ते सब तो पहली सराह बनी सी, गुरु नानक निवास, श्री गुरु रामदास निवास, वो तकरीबन 1931 नहीं पत्थर रख्या गया से, उस तो बाद 5-7 साल बनद्या बनद्या लग गई। अज जे हालात है वो 232 कमरे है, वे 232 कमरे 18 हाल। तुम हैरान होवोगे सुन के 232 कमरों 125 कमरे है जोड़े सिर्फ असी यूटिलाइज करते हैं। और उन्होंने भी हालात की है, मैं कल कहा अपनी IT विंग की बीबा न वो बना के लिया वीडियो, असं सोशल मीडिया से पावे संगत में दसागे कि साढ़े हालात की बने हुए। जे असी नहीं बनाते किसी ना किसी का एक दिन अगे भी किसी श्रद्धालु के सिर के उत्ते पत्थर लग गए डिगे लगा सी, तो साढ़े वास्ते बड़ी नमोशी हुई। किसी कमरे नाल वाशरूम अटैच नहीं, किसी कमरे नाल टॉयलेट नहीं, कोई तीजी मंजिल के उत्ते कोई श्रद्धालु रह रहे हैं रात स्टे किया, कितने रात को तकलीफ होंगी है, लोड पैंती है, तीजी मंजिल तो थले आना पैंता और बाहर एक थान के उत्ते कॉमन जड़े है वो वाशरूम बनाए जा।